ਪਿੰਡ ਰੁਸਮਗੜ੍ਹ ਦਾ ਰਹਿਣ ਵਾਲਾ ਸੁਰਜੀਤ ਸਿੰਘ ਉਰਫ ਕਾਲਾ ਮਿਸਤਰੀ ਆਪਣੇ ਦੋਸਤਾਂ ਨਾਲ ਹੇਮਕੁੰਡ ਸਾਹਿਬ ਦੀ ਯਾਤਰਾ 'ਤੇ ਗਿਆ ਦੀ ਜਿਸ ਦੀ ਮੌਤ ਆਉਣ ਲੱਗਿਆਂ ਘੱਟ ਆਕਸੀਜਨ ਨਾਲ ਹੋ ਗਈ। ਉੱਧਰ ਇਸ ਮੌਕੇ ਇਲਾਕੇ ਅਤੇ ਪਰਿਵਾਰ ਅੰਦਰ ਕਾਫੀ ਜ਼ਿਆਦਾ ਦੁੱਖ ਅਤੇ ਮਾਤਮ ਛਾਇਆ ਹੋਇਆ ਹੈ। ਸਥਾਨਕ ਲੋਕਾਂ ਵੱਲੋਂ ਸਰਕਾਰ ਤੋਂ ਪਰਿਵਾਰ ਦੀ ਮਦਦ ਦੀ ਅਪੀਲ ਵੀ ਕੀਤੀ ਗਈ ਕਿਉਂਕਿ ਪਰਿਵਾਰ ਦਾ ਇਹ ਇਕਲੌਤਾ ਬੇਟਾ ਸੀ। ਮ੍ਰਿਤਕ ਸੁਰਜੀਤ, ਜਿਸ ਦੇ ਦੋ ਮਾਸੂਮ ਬੱਚੇ ਹਨ ਅਤੇ ਉਹੀ ਪਰਿਵਾਰ ਦਾ ਸਹਾਰਾ ਸਨ। ਉੱਧਰ ਨਾਲ ਗਏ ਦੋਸਤਾਂ ਨੇ ਕਿਹਾ ਕਿ ਲੰਗਰਾਂ ਦੀ ਕੋਈ ਘਾਟ ਨਹੀਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਹਨ, ਪਰ ਉੱਧਰਲੀ ਸਰਕਾਰ ਵੱਲੋਂ ਮੈਡੀਕਲ ਨਾਂ ਦੀਆਂ ਸਹੂਲਤਾਂ ਬਹੁਤ ਘੱਟ ਨੇ ਜਾਂ ਹੈ ਹੀ ਨਹੀਂ, ਜਿਸ ਕਰਕੇ ਉੱਥੇ ਆਕਸੀਜਨ ਦੀ ਘਾਟ ਨਾਲ ਮੌਤਾਂ ਹੋ ਰਹੀਆਂ ਹਨ। ਦੱਸ ਦੇਈਏ ਕਿ ਉਸ ਦਿਨ ਪੰਜਾਬ ਦੀਆਂ 3 ਮੌਤਾਂ ਉੱਥੇ ਹੋਈਆਂ ਸਨ। ਨੌਕਰੀ ਦੇਣੇ ਨੂੰ ਬਣਾ ਤਾਂ ਗੱਲਾਂ ਗੱਲਾਂ ਤੀ ਮੈਂ ਸਿੱਤੀ ਤੀ ਸਭ ਜਦੋਂ ਦਿੱਤੀ ਉਹਨੂੰ ਨੌਕਰੀ ਮਿਲਦੀ ਇੱਕ ਪੇਪਰ ਤਾਂ ਕੱਢਤਾ ਇੱਕ ਰਹਿ ਗਿਆ। ਇਹ ਮਹਾਰਾਜ ਸਾਡੇ ਕੋਈ ਕਮਾਉਣਾ ਨਹੀਂ, ਸੱਚੇ ਪਾਤਸ਼ਾਹ ਤੂੰ ਸੋਨਾ ਬਸ ਸਾਡੀ ਜਦੋਂ ਬਾਪ ਤੇਰੇ ਦਰਸ਼ਨ ਕਰਾਤੇ ਜਾਈ ਜੀ ਬੈਠਾ ਨੀ ਤਾਂ ਮੈਂ ਨਾ ਦੌੜਦੀ ਨਾ ਮੈਂ ਇਹਦੇ ਪਿਓ ਤੋਂ ਨਾ ਉਹ ਡਰਦੀ ਨੀ ਮੈਂ ਪੂਰੀ ਹੋ ਜਾਣ ਦੇ ਸੁੱਖ ਨਾ ਹੋ ਜਾਂਦਾ ਮੈਨੂੰ ਨਾ ਹੀ ਨੀ ਦੱਸਿਆ ਵੀ ਕਾਹਦੀ ਸੁੱਖ ਨਾ ਸੰਘਾਲੇ ਤੋਂ ਸੁਰਜੀਤ ਸਿੰਘ ਸਾਡਾ ਦੋਸਤ ਸੀ। ਅਸੀਂ 23 ਤਰੀਕ ਨੂੰ ਇੱਥੋਂ ਸ਼੍ਰੀ ਹੇਮਕੁੰਡ ਸਾਹਿਬ ਦੀ ਪਹਿਲੀ ਯਾਤਰਾ 'ਤੇ ਗਏ ਤੇਗੇ ਅਤੇ ਉੱਥੇ ਅਸੀਂ ਪਹੁੰਚੇ। ਉਸ ਤੋਂ ਉਪਰੰਤ ਉੱਪਰ ਦਰਸ਼ਨ ਕਰਕੇ ਆਏ, ਉੱਥੇ ਆਕਸੀਜਨ ਦੀ ਕਮੀ ਹੋਣ ਕਾਰਨ ਉੱਥੇ ਉਹਨਾਂ ਦੀ ਡੈਥ ਹੋਈ ਹੈਗੀ। ਦਰਸ਼ਨ ਕਰਕੇ ਅਸੀਂ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਆ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਜਦੋਂ ਉੱਥੇ ਰਹੇ ਉੱਥੇ ਘਬਰਾਹਟ ਹੋਣ ਲੱਗੀ ਅਤੇ ਉਹਨਾਂ ਦੀ ਡੈਥ ਹੋ ਗਈ। ਲੰਗਰਾਂ ਦੇ ਨੇ, ਲੰਗਰ ਬਹੁਤ ਨੇਗੇ, ਲੰਗਰਾਂ ਦੀ ਲੋੜ ਨਹੀਂ ਹੈਗੀ ਉੱਥੇ, ਉੱਥੇ ਸਿਰਫ ਮੈਡੀਕਲ ਸਹੂਲਤ ਦੀ ਲੋੜ ਆ। ਜੇ ਮੈਡੀਕਲ ਸਹੂਲਤ ਮਿਲੂ ਤਾਂ ਉੱਥੇ ਭੁੱਖ ਨਾਲ ਕੋਈ ਨਹੀਂ ਮਾਰਿਆ, ਮਾਰ ਰਹੇ ਨੇ ਸਿਰਫ ਆਕਸੀਜਨ ਦੀ ਕਮੀ ਨਾਲ ਲੋਕ। ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਵਿਚਾਰੇ ਗਰੀਬ ਪਰਿਵਾਰ ਆ ਜਿਹਨਾਂ ਦੀ ਮਦਦ ਕੀਤੀ ਹੋਏ, ਉਹ ਵਿਚਾਰੀ ਇਕੱਲਾ ਕਮਾਉਣ ਵਾਲਾ ਸੀ, ਇਕੱਲੇ ਪੁੱਤ ਸੀਗਾ। ਅੱਜ ਮਾਂ ਬਾਪ ਦਾ ਹਾਲ ਨਹੀਂ ਦੇਖਿਆ ਜਾਂਦਾ, ਭੈਣ ਕੁਵਾਰੀ ਆ ਹਜੇ, ਉਹ ਵੀ ਹੈਂਡੀਕੈਪ ਨੇ। ਸਰਕਾਰ ਨੂੰ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ। ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।